ਡੁਗਰੀ ਵਿੱਚ ਪੀਣ ਵਾਲੇ ਪਾਣੀ ਤੋਂ ਤੰਗ ਪਿੰਡ ਡੁਗਰੀ ਦੇ ਲੋਕਾਂ ਵੱਲੋਂ ਹੱਥਾਂ ਵਿੱਚ ਖਾਲੀ ਬਾਲਟੀਆਂ ਫੜ ਕੇ ਸਰਕਾਰ ਖਿਲਾਫ ਜਤਾਇਆ ਗਿਆ ਵਿਰੋਧ। ਕਿਹਾ ਪਿੰਡ ਵਿੱਚ ਕੋਈ ਵੀ ਲੀਡਰ ਨਾ ਮੰਗਣ ਆਵੇ ਵੋਟ। ਤਸਵੀਰਾਂ ਲੁਧਿਆਣਾ ਦੇ ਹਲਕਾ ਆਤਮ ਨਗਰ ਅਧੀਨ ਪਿੰਡ ਡੁਗਰੀ ਦੀਆਂ ਨੇ, ਜਿੱਥੇ ਪੀਣ ਵਾਲੇ ਪਾਣੀ ਤੋਂ ਤੰਗ ਪਿੰਡ ਵਾਸੀਆਂ ਵੱਲੋਂ ਹੱਥ ਵਿੱਚ ਖਾਲੀ ਬਾਲਟੀਆਂ ਫੜ ਕੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਪਿੰਡ ਦੇ ਲੋਕਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਕਾਫੀ ਵਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਲਕਾ ਵਿਧਾਇਕ ਨੂੰ ਵੀ ਦੱਸ ਚੁੱਕੇ ਹਾਂ, ਪਰ ਇਸ ਦਾ ਕੋਈ ਵੀ ਹੱਲ ਨਹੀਂ ਹੋਇਆ ਹੈ ਅਤੇ ਕਿਹਾ ਕਿ ਜਦੋਂ ਤੱਕ ਇਸ ਦਾ ਨਹੀਂ ਹੱਲ ਹੁੰਦਾ ਤਾਂ ਪਿੰਡ ਵਿੱਚ ਕੋਈ ਵੋਟ ਮੰਗਣ ਨਾ ਆਵੇ। ਉਧਰ ਦੂਸਰੇ ਪਾਸੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਗੱਲ ਮੇਰੇ ਧਿਆਨ ਵਿੱਚ ਹੁਣ ਆਈ ਹੈ, ਇਹ ਮਾਮਲਾ ਜਲਦ ਤੋਂ ਜਲਦ ਹੀ ਹੱਲ ਕਰਵਾਵਾਂਗੇ ਕਿਉਂਕਿ ਗਰਮੀ ਪੈ ਰਹੀ ਹੈ, ਪਾਣੀ ਕਿਉਂ ਨਹੀਂ ਮਿਲ ਰਿਹਾ ਇਸ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੱਲ ਹੀ ਭੇਜਿਆ ਜਾਵੇਗਾ ਤੇ ਕੱਲ ਹੀ ਇਸ ਗੱਲ ਦਾ ਹੱਲ ਵੀ ਕੀਤਾ ਜਾਵੇਗਾ। ਮੇਰਾ ਨਾਮ ਸਰਜੀਤ ਕੌਰ ਹੈ। ਕਿਹੜਾ ਇਲਾਕਾ ਜੀ? ਇਹ ਪਿੰਡ ਡੁਗਰੀ ਆ। ਕੀ ਹੋਇਆ ਜੀ? ਕੀ ਸਮੱਸਿਆ? ਕੀ ਆ ਸਮੱਸਿਆ? ਸਾਨੂੰ ਪਾਣੀ ਦਾ ਬਹੁਤ ਮੁਸ਼ਕਲ ਆ, ਪਾਣੀ ਦਾ ਨਿੱਕੇ ਨਿੱਕੇ ਨਿਆਣੇ ਨਹਾਉਣ ਕਰਨ ਤੇ ਵੀ ਔਖੇ ਨੇ, ਪਾਣੀ ਪੀਣ ਕਰਨ ਤੇ ਵੀ ਔਖੇ। ਕੱਲ ਅਸੀਂ ਇੱਕ ਇੱਕ ਬੂੰਦ ਨਾਲ ਲੰਘਾਇਆ। ਕਿੰਨੇ ਕਿੰਨੇ ਦਿਨ ਪਾਣੀ ਨਹੀਂ ਆਉਂਦਾ? ਪਾਣੀ ਤਾਂ ਇੱਕ ਦਿਨ ਛੱਡਤਾ ਜੇ, ਹਫ਼ਤਾ 10 ਦਿਨ ਛੱਡਣਾ। ਅੱਛਾ ਜੀ। ਇੱਕ ਰਾਤ ਨੂੰ 11 ਵਜੇ ਪਾਣੀ ਆਉਂਦਾ। ਅੱਛਾ ਜੀ। ਦਿਨੇ ਪਾਣੀ ਦੀ ਤਪਕਾ ਨਹੀਂ ਆਉਂਦਾ, ਨਾ ਦੁਪਹਿਰੇ ਨਾ ਸਵੇਰ। ਹਾਂ, ਰਾਤ ਨੂੰ 11 ਵਜੇ ਕੌਣ ਨਹਾਊਗਾ, ਕੌਣ ਕੱਪੜੇ ਧੋਊਗਾ, ਕਿਹੜਾ ਆਪਦਾ ਕੋਈ ਕੰਮ ਚਲਾਊਗਾ? ਨਾ ਸਵੇਰੇ ਆਉਂਦਾ, ਨਾ ਆਉਂਦਾ ਹੈਗਾ ਦੁਪਹਿਰੇ। ਰਾਤ ਨੂੰ 11 ਵਜੇ ਉਹ ਪਾਣੀ ਕਦੇ ਨਹੀਂ ਆਉਂਦਾ। ਅੱਛਾ, ਤੁਹਾਨੂੰ ਕਿੰਨੀ ਚਿਰ ਤੋਂ ਸਮੱਸਿਆ ਜਿਹੜੀ? ਸਾਨੂੰ ਤਾਂ ਰਾਜੇ ਪੁੱਤ ਬਹੁਤ ਦੇਰ ਦੀ ਸਮੱਸਿਆ। ਐਮਐਲਏ ਸਾਹਿਬ ਆਉਂਦੇ ਨੇ, ਕੌਂਸਲਰ ਸਾਹਿਬ ਕੋਈ ਵੀ ਨਹੀਂ ਆਉਂਦਾ, ਉਹ ਤਾਂ ਵੋਟਾਂ ਲੈ ਕੇ ਹੁਣ ਆਪਣੇ ਆਪਣੇ ਖਜ਼ਾਨੇ 'ਚ ਵੜੇ ਹੋਏ ਨੇ। ਅੱਛਾ ਜੀ। ਹਾਂ, ਆਪਣੇ ਆਪਣੇ ਕੋਰਸ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ, ਫਿਰ ਵੀ ਤਾਂ ਲੀਡਰ ਆਉਂਦੇ ਹੋਣੀਆਂ ਵੋਟਾਂ ਮੰਗਣ ਆਉਂਦੇ ਨੇ। ਆਉਂਦੇ ਨੇ, ਤੁਸੀਂ ਉਹਨਾਂ ਨੂੰ ਨਹੀਂ ਕਹਿੰਦੇ? ਅਸੀਂ, ਮੈਂ ਕਹਿੰਦੀ ਅਸੀਂ ਤਾਂ ਇੱਥੇ ਬੈਠ ਗਏ, ਇੱਥੇ ਹੋਰ ਬੇੜੇ ਦੇ ਬੈਠੇ ਨੇ, ਕਿਸੇ ਨੇ ਹੱਥ ਗੱਲੇ ਨਹੀਂ ਕਰੀ। ਅੱਛਾ ਜੀ। ਗੱਲੇ ਨਹੀਂ ਕਰੀ ਕਿਸੇ ਨੇ? ਹਾਂਜੀ, ਕਿਉਂ? ਖਬਰਾਂ ਕਿਉਂ ਨਹੀਂ ਗੱਲ ਕਰੀ ਕਿਸੇ ਨੇ? ਉਹਨਾਂ ਨੂੰ ਪਾਣੀ ਦੀ ਲੋੜ ਨਹੀਂ? ਹਾਂ, ਪਾਣੀ ਦੀ ਲੋੜ ਨਹੀਂ ਹੁਣ ਤਾਂ ਹੀ ਕਹਿੰਦੇ ਨੇ, ਤਾਂ ਹੀ ਕਰਦੇ ਨੇ। ਸਾਡੇ ਜਾ ਕੇ ਦੇਖ ਲਓ, ਸਾਡੇ ਜਵਾਕ ਨਵਾਉਣ ਕਹਿੰਦੇ ਕਹਿੰਦੇ ਬੈਠੇ, ਕੱਪੜੇ ਲੀੜੇ ਸਾਡੇ ਅੱਜ ਹਫ਼ਤੇ ਦਾ ਗੇੜ ਹੋ ਗਿਆ, ਉੱਕਣੇ ਪੈ ਨੇ। ਅੱਛਾ ਜੀ। ਚੁੱਪ ਕਰਦਾ ਤੂੰ? ਜਮਾਂ ਹੀ ਨਹੀਂ ਪਾਣੀ ਹੈਗਾ, ਕੁੱਟ ਵੀ ਆਉਂਦਾ, ਤੁਪਕਾ ਵੀ ਕਿੱਕਣਾ ਆਉਂਦਾ, ਜਾ ਕੇ ਹੁਣ ਦੇਖੋ ਚਾਹੇ। ਅੱਛਾ ਜੀ। ਹਾਂ। ਅੱਛਾ, ਕੀ ਮੰਗ ਕੀ ਕਰਦੇ ਹੋ ਵੀ ਪਾਣੀ ਜਿਹੜਾ? ਪਾਣੀ ਸਾਨੂੰ ਦੇਣ, ਸਾਡੀ ਕੋਈ ਅਸੀਂ ਮਾੜਾ ਮੋਟਾ ਆਪਣਾ ਹੱਲ ਤਾਂ ਕਰੀਏ, ਪਾਣੀ ਬਿਨਾ ਔਰ ਅੱਗ ਬਿਨਾ ਕੋਈ ਕੰਮ ਨਹੀਂ ਚੱਲਦਾ। ਠੀਕ ਆ ਕਿ ਨਹੀਂ? ਨਹਾਉਣਾ ਵੀ, ਧੋਣਾ ਵੀ, ਖਾਣਾ ਵੀ, ਪਕਾਉਣਾ ਵੀ, ਠੀਕ ਆ ਕਿ ਬਾਥਰੂਮ ਲੈਟਰੀਆਂ ਦੇ ਵਿੱਚ ਪਾਣੀ ਨਹੀਂ ਹੁੰਦਾ, ਉੱਥੇ ਕਿੱਥੇ ਪਾਣੀ ਡੋਲੀਏ? ਕਿੱਥੋਂ ਪਾਣੀ ਡੋਲੀਏ ਬਾਥਰੂਮ ਲੈਟਰੀਆਂ ਦੇ ਵਿੱਚ? ਬੜਾ ਜੀ, ਬੜਾ ਹੀ, ਬੜਾ ਹੀ ਰਾਜੇ, ਬੜਾ ਹੀ। ਕਰਮਜੀਤ ਕੌਰ ਆ, ਕਿਹੜਾ ਏਰੀਆ, ਕਿਹੜਾ ਵਾਰਡ? ਡੁਗਰੀ ਪਿੰਡ ਆ। ਹਾਂਜੀ, ਪ੍ਰੋਬਲਮ ਪਾਣੀ ਦੀ ਆ, ਕਾਫੀ ਲੰਮੇ ਸਮੇਂ ਤੋਂ ਮਤਲਬ ਕਿ ਇੱਥੇ ਵੋਟਾਂ ਵਾਲੇ ਆਉਂਦੇ ਆ, ਆਪਣਾ ਭਾਸ਼ਣ ਦੇ ਕੇ ਚਲੇ ਜਾਂਦੇ ਆ। ਸਾਡੀਆਂ ਜਿਹੜੀਆਂ ਮੇਨ ਪ੍ਰੋਬਲਮਾਂ ਨੇ, ਸਮੱਸਿਆ ਨੇ, ਉਹਨਾਂ ਦਾ ਕੋਈ ਕੋਈ ਹੱਲ ਨਹੀਂ ਕੱਢਦਾ ਹੈਗਾ। ਦੇਖੋ ਸਾਡੇ ਘਰਾਂ ਦੇ ਵਿੱਚ ਇੰਨੀ ਗੰਦਗੀ, ਹਰੇਕ ਬਦਬੂ ਮਾਰਦੀ ਆ, ਆਪਣਾ ਘਰ ਦੇਖਣ ਵੀ ਨਹੀਂ ਜੀ ਨਹੀਂ ਕਰਦਾ ਹੈਗਾ ਸਾਡਾ। ਪਾਣੀ ਦੀ ਇੰਨੀ ਸਮੱਸਿਆ, ਸਾਡੇ ਬਾਹਰੋਂ ਗੁਰਦੁਆਰਿਆਂ ਜੋ ਕਿਤੇ ਕਿਤੋਂ ਪਾਣੀ ਲਿਆ ਕੇ ਸਾਡੇ ਮੋਢਿਆਂ ਦੀ ਬੱਸ ਹੋਈ ਪਈ ਆ, ਅਤੇ ਵੀ ਗਰੀਬਾਂ ਨਾਲ ਹੀ ਕਿਉਂ ਮਾਰ ਹੋ ਰਹੀ ਆ, ਇਹ ਗਰੀਬੀ ਕਿਉਂ ਮਰਦੀ ਆ ਚਾਰੇ ਪਾਸੇ? ਵੀ ਸਾਡੀ ਤਾਂ ਇਹ ਅਪੀਲ ਆ ਸਰਕਾਰ ਨੂੰ ਵੀ ਇੱਥੇ ਜਾਂ ਤਾਂ ਕੋਈ ਸਰਕਾਰੀ ਮੁਲਾਜ਼ਮ, ਠੀਕ ਆ, ਜਿਹੜਾ ਮੋਟਰ ਤਿੰਨੇ ਟਾਈਮ ਚਲਾਵੇ, ਇੱਕ ਬੰਦੇ ਨੂੰ ਡਿਊਟੀ ਦਿੱਤੀ ਜਾਵੇ, ਸਰਕਾਰੀ ਮੁਲਾਜ਼ਮ ਭੇਜੋ ਇੱਥੇ, ਠੀਕ ਆ, ਅਤੇ ਉਹਦੇ ਨਾਲ ਬਕਾਇਦਾ ਕਮੇਟੀ ਬਣੂਗੀ, 3 ਮੈਂਬਰੀ ਜਾਂ 5 ਮੈਂਬਰੀ, ਉਹ ਬੰਦੇ ਨਾਲ ਜਿਹੜਾ ਸਰਕਾਰੀ ਮੁਲਾਜ਼ਮ ਹੋਊਗਾ ਉਹਦੀ ਜ਼ਿੰਮੇਵਾਰੀ ਹੋਊਗੀ 3 ਟਾਈਮ ਮੋਟਰ ਚਲਾਉਣ ਦੀ, ਕਿਸੇ ਦੇ ਹੱਥ ਵਿੱਚ ਚਾਬੀ ਨਾ ਦਿੱਤੀ ਜਾਵੇ ਮੋਟਰ ਦੀ। ਔਰ ਇਹਦੀ ਜੜ ਕੀ ਆ, ਜੜ ਨੂੰ ਖੁਰਚੋ, ਵੀ ਅੱਧਿਆਂ ਘਰਾਂ ਦੇ ਪਾਣੀ ਆਉਂਦਾ, ਜਿਨ੍ਹਾਂ ਦੇ ਨੀਵੇਂ ਘਰ ਨੇ, ਜਿਨ੍ਹਾਂ ਦੇ ਮਾੜੇ ਮੋਟੇ ਉੱਚੇ ਆ, ਉਹਨਾਂ ਦੇ ਨਹੀਂ ਆਉਂਦਾ ਹੈਗਾ, ਹੈ ਨਾ। ਅਤੇ ਦੇਖ ਲਓ ਹੁਣ ਵੀ ਮਾਡਲ ਟਾਊਨ 'ਚ ਲਾ ਲਓ, ਜਿੱਥੇ ਮਰਜ਼ੀ ਲਾ ਲਓ ਤੁਸੀਂ, ਪਾਣੀ ਐਂ ਚੱਲਦਾ ਵਾ, ਅਤੇ ਗਰੀਬਾਂ ਨੂੰ ਕਿਉਂ ਚਾਰੇ ਪਾਸੇ ਮਾਰ ਪੈਂਦੀ ਆ? ਵੀ ਸਾਡੀ ਤਾਂ ਇਹ ਅਪੀਲ ਆ
ਸਰਕਾਰ ਨੂੰ, ਸਰਕਾਰ ਜਿਹੜੀ ਮਰਜ਼ੀ ਹੋਵੇ ਵੀ ਇੱਥੇ ਵੋਟਾਂ ਲੈਣ ਨਾ ਆਇਓ, ਅਸੀਂ ਤਾਂ ਸਿਰ ਪਾੜਾਂਗੇ ਹਰੇਕ ਬੰਦੇ ਦਾ। ਸਾਰਿਆਂ ਨੂੰ MLA ਨੂੰ ਸਾਰੇ ਨਾਲ ਗੱਲ ਕੀਤੀ ਆ, ਬੜੇ ਨਾਅਰੇ ਲਾਏ, ਬੜੀਆਂ ਬੜੇ ਮਤਲਬ ਕਿ ਧਰਨੇ ਲਾਏ। ਆਹ ਮੋਟਰ ਲਾਤੀ ਆ, ਇੱਕ ਪਤਾ ਨਹੀਂ ਕਿੱਥੋਂ ਲਾਤੀ ਆ, ਕਿੱਥੋਂ ਨਹੀਂ ਪਤਾ ਨਹੀਂ, ਪੁਰਾਣੀ ਲਾਈ ਆ ਜਾਂ ਨਵੀਂ ਲਾਈ ਆ, ਜੋ ਵੀ ਆ, ਪਰ ਇਹਦਾ ਪਾਣੀ ਕਿੱਧਰ ਨੂੰ ਜਾ ਰਿਹਾ, ਕੀ ਕਾਰਨ ਆ, ਇਸ ਪਾਣੀ ਦਾ ਜਾ ਕਿੱਧਰ ਨੂੰ ਰਿਹਾ, ਉਹਦੀ ਕੋਈ ਨਹੀਂ ਖੋਜ ਕਰਦਾ। ਇੱਕ ਵਾਰੀ ਆਪਣਾ ਫਰਜ਼ ਪੂਰਾ ਕਰ ਗਏ, ਉਹ ਵੀ ਅਸੀਂ 5 ਸਾਲ ਸੜਕਾਂ 'ਤੇ ਨਿਕਲੇ ਹਾਂ ਬਾਹਰ, ਅਸੀਂ ਗਲੇ ਸੁਕਾਇਆ ਤਾਂ ਕਿਤੇ ਜਾ ਕੇ ਆ ਮੋਟਰ ਮਾੜੀ ਮੋਟੀ ਪੁਰਾਣੀ ਸਰਾਣੀ ਕਿਤੇ ਲੱਗੀ ਆ। ਉਸ ਤੋਂ ਬਾਅਦ ਮਤਲਬ ਕਿ ਇਹਦੀ ਕੋਈ ਸਾਰ ਹੀ ਨਹੀਂ ਲੈਂਦਾ ਹੈਗਾ ਵੀ ਇਹਨੂੰ ਚਲਾ ਕੌਣ ਰਿਹਾ, ਵਰਤ ਕੌਣ ਰਿਹਾ, ਪਾਣੀ ਕਿੱਧਰ ਜਾ ਰਿਹਾ, ਕਿੱਧਰ ਇਹਦੇ ਪਾਈਪ ਨੇ, ਕੀ ਕਾਰਨ ਆ, ਅਤੇ ਖੋਜ ਕੋਈ ਵੀ ਨਹੀਂ ਕਰਦਾ ਹੈਗਾ ਆ ਕੇ। ਅਤੇ ਸਾਡੀ ਇਹ ਅਪੀਲ ਆ, ਸਾਡੀ ਤਾਂ ਇਹ ਅਪੀਲ ਆ ਵੀ ਕਿਸੇ ਦੇ ਹੱਥ ਵਿੱਚ ਚਾਬੀ ਨਾ ਦਿੱਤੀ ਜਾਵੇ, ਵੀ ਸਰਕਾਰੀ ਮੁਲਾਜ਼ਮ ਬਕਾਇਦਾ ਇੱਥੇ ਹਾਜ਼ਰ ਹੋਣਾ ਚਾਹੀਦਾ ਜਿਹੜਾ 3 ਟਾਈਮ ਮੋਟਰ ਚਲਾਵੇ, ਅਤੇ ਤਾਂ ਸਾਡੇ ਨਾਲ ਆ ਕੇ ਗੱਲ ਕਰਨ। ਸਾਡੀ ਇਹ ਮੰਗ ਪੂਰੀ ਹੋਣੀ ਚਾਹੀਦੀ ਹੈ ਪਾਣੀ ਦੀ। ਤੁਹਾਨੂੰ ਪਤਾ ਸਾਰਿਆਂ ਨੂੰ ਕਿ ਹਵਾ ਅਤੇ ਪਾਣੀ ਤੋਂ ਬਿਨਾਂ ਮਨੁੱਖ ਜੀਵਤ ਨਹੀਂ ਰਹਿ ਸਕਦਾ, ਅਗਰ ਮਨੁੱਖ ਹੀ ਨਹੀਂ ਜੀਵਤ ਹੋਊਗਾ ਤਾਂ ਤੁਸੀਂ ਵੋਟਾਂ ਕਿੱਥੋਂ ਮੰਗੋਗੇ, ਵੋਟਾਂ ਕਿੱਥੋਂ ਮੰਗੋਗੇ ਜੇ ਮਨੁੱਖ ਹੀ ਨਹੀਂ ਜੀਵਤ ਰਹੂ। ਸਾਡੀ ਇੰਨੀ ਭੈੜੀ ਹਾਲਤ ਕੀਤੀ ਪਈ ਆ, ਸਿਰਫ ਪਾਣੀ ਦੇ ਦਿਓ। ਗੁਰੂਆਂ ਨੇ ਵੀ ਇਹੀ ਗੱਲ ਕਹੀ ਆ, ਐਸਾ ਰਾਜ ਚਾਹੂੰ ਮੈਂ ਜਹਾਂ ਮਿਲੇ ਸਭ ਕੋ ਅੰਨ, ਇੱਥੇ ਤਾਂ ਪਾਣੀ ਨਹੀਂ ਮਿਲਦਾ, ਅਸੀਂ ਪਾਣੀ ਮੰਗਦੇ, ਪਾਣੀ ਵੀ ਦੇ ਦਿਓ, ਅੰਨ ਦੀ ਤਾਂ ਬਹੁਤ ਦੂਰ ਦੀ ਗੱਲ ਆ। ਦੇਖੋ ਪੁੱਤ, ਸਾਡੇ ਨਾ ਇੱਥੇ ਮੋਟਰ ਲੱਗੀ ਹੋਈ ਸੀਗੀ, ਛੋਟੀ ਸੀ ਜਾਣੀ, ਬੋਰ ਕੀਤਾ ਹੋਇਆ, ਉਹਦਾ ਪਾਣੀ ਸਾਰੇ ਆਉਂਦਾ ਸੀ ਸਾਡੇ, ਅਤੇ ਜਦੋਂ ਉਹ ਖਰਾਬ ਹੋ ਗਈ, ਉਹ ਖਰਾਬ ਹੋ ਗਈ ਮਗਰੋਂ 6-7 ਮਹੀਨੇ ਅਸੀਂ ਬਹੁਤ ਦੂਰੋਂ ਦੂਰੋਂ ਪਾਣੀ ਲਿਆਂਦਾ, ਧੋਂਦੀਆਂ ਰਹਿੰਦੀਆਂ ਸੀ ਸਾਰੀ ਦਿਹਾੜੀ। ਫਿਰ ਅਸੀਂ ਅੱਪੂ ਨੂੰ ਕਿਹਾ, ਅੱਪੂ ਨੇ ਕਿਹਾ MLA ਨੂੰ ਕਿਹਾ, MLA ਨੇ ਆ ਬੋਰ ਕਰਾ ਕੇ ਦਿੱਤਾ ਸਾਨੂੰ, ਉਹਦੇ ਮੋਟਰ ਲਵਾਈ ਉਹਨੇ। ਇਹ ਮੋਟਰ ਲਵਾਉਣ ਵਾਲਿਆਂ ਨੇ ਪਤਾ ਨਹੀਂ ਕਿਵੇਂ ਇਹਦੇ ਜੋੜ ਲਵਾਏ ਨੇ, ਕੀ ਕੀਤਾ ਕੀ ਨਹੀਂ ਕੀਤਾ, ਹੁਣ ਇਹ 4 ਗਲੀਆਂ ਨੂੰ ਪਾਣੀ ਨਹੀਂ ਜਾਂਦਾ। ਅੱਛਾ, ਜਿੱਦਾਂ ਹੁਣ ਤੋਂ ਪਾਣੀ ਨਹੀਂ ਆਉਂਦਾ, ਜਿੱਦਾਂ ਲਗਾਤਾਰ ਗਰਮੀ ਵੱਧ ਰਹੀ ਆ, ਲੱਗਦਾ ਕਿ ਵੱਡੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ। ਹਾਂਜੀ, ਉਹ ਤਾਂ ਹੁਣ ਦਿੱਕਤ ਆਊਗੀ, ਉਹੀ ਜਦ ਹੁਣ ਨਹੀਂ ਪਾਣੀ ਆਉਂਦਾ ਗਾਹਾਂ ਕਿੱਥੋਂ ਆਉਣਾ। ਹੁਣ ਉਹ ਸਾਰੀ ਚਮਕੀਲੇ ਵਾਲੀ ਗਲੀ ਸਾਰੀ ਆ ਪਰੇ ਸਾਈ, ਉੱਧਰ ਨਹੀਂ ਪਾਣੀ ਆਉਂਦਾ। ਆਹ ਟਿੱਬੇ ਕੰਨੀ ਆ, ਇੱਥੇ ਹੈਗੇ 100-100 ਘਰ ਹੋਊਗਾ, ਇੱਧਰ ਨਹੀਂ ਪਾਣੀ ਆਉਂਦਾ। ਇੱਧਰ ਬੀਬਾ ਆਪਣੇ ਮਾਜ਼ਬੀਆਂ ਨਹੀਂ ਬੀਹੀ ਆ, ਉੱਧਰ ਨਹੀਂ ਆਉਣਾ ਆਉਂਦਾ ਹੈਗਾ। ਲੋਕ ਪਰੇਸ਼ਾਨ ਆ ਜੀ, ਬਹੁਤ ਰਾਜੇ, ਬਹੁਤ ਸਾਡੇ ਰਿਸ਼ਤੇਦਾਰ ਹਟ ਕੇ ਆਉਣੋ, ਅਗਲਾ ਕਹਿੰਦਾ ਪਾਣੀ ਤਾਂ ਉੱਥੇ ਮਿਲਦਾ ਨਹੀਂ, ਅਸੀਂ ਜਾਣਾ ਕਸ ਨੂੰ। ਦੱਸ ਸਾਨੂੰ, ਬਸ ਇਹੀ ਆ ਵੀ ਸਾਨੂੰ ਪਾਣੀ ਦੇਣ, ਹੈ ਨਾ, ਜਿਹੜੀ ਸਾਡੀ ਪਰੇਸ਼ਾਨੀਆਂ ਦੂਰ ਕਰਨ। ਦੇਖੋ, ਮੇਰੇ ਇਹ ਧਿਆਨ 'ਚ ਨਹੀਂ ਹੈਗਾ, ਜੇ ਕੋਈ ਹੈਗਾ ਤਾਂ ਅਰਲੀ ਐਜ਼ ਪੋਸੀਬਲ ਉਹ ਸਮੱਸਿਆ ਹੱਲ ਕਰਕੇ ਕੱਲ੍ਹ ਹੀ ਉਹਨਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਿਓ। ਅਧਿਕਾਰੀਆਂ ਨੂੰ ਜਲਦ ਤੋਂ ਜਲਦ ਮੈਂ ਕਿਹਾ ਤਾੜਨਾ ਕਰੂੰਗਾ ਸਖਤੀ ਨਾਲ, ਪੀਣ ਵਾਲਾ ਪਾਣੀ ਨਹੀਂ ਜੇ ਦੇ ਸਕਦੇ ਤਾਂ ਬੈਠੇ ਕਾਹਦੇ ਵਾਸਤੇ, ਗਰਮੀ ਇੰਨੀ ਪੈ ਰਹੀ ਹੈ। ਮੈਂ ਕਿਹਾ ਜੀ 101% ਸਮੱਸਿਆ ਦਾ ਕੱਲ੍ਹ ਤੱਕ ਹੱਲ ਹੋਊ।